वेलकम टू खन्ना न्यूज लाइव। दिल्ली अमृतसर राष्ट्रीय राजमार्ग दे नाल लगदी खन्ना दी गुरु अमरदास मार्केट विच करीब 30 सालां तों दुकानदारां वल्लों कीते नजायज कब्जियां नूं नगर सुधार ट्रस्ट ने तोड़िया। लोकां लई धुप अते मीं तों बचा खातर बनाए वरांडियां अते रस्तियां उपर दुकानदारां ने कब्जे कीते होए सी, जो कि जेसीबी नाल तोड़े गए। इह कारवाई मानयोग अदालत दे हुक्मां मगरों होई। खन्ना दी इस मार्केट दे अंदर करीब 250 दुकानां हन, जिन्हां विच लगभग सारिया ने नजायज कब्जे किते हुए हन। दुकानदारा ने जिथे हाई कोर्ट दे हुक्मां नूं मन्नण दी गल आखी, उत्थे ही कारवाई विच भेदभाव दे दोष भी लाए गए। दुकानदारा ने कहा कि उन्हां ने कुछ समां मंगिया सी, परंतु ना तां हलका विधायक अते ना ही ट्रस्ट ने उन्हां नूं समां दिता। अज जेसीबी अते होर मशीनरी लिया के तोड़पन कीती गई अते उन्हां दा समान भी तोड़िया गया। इस नाल सारा कारोबार ठप हो गया है। दुकानदारा नूं इस दा बहुत नुकसान होया है। उन्हां कहा कि हाई कोर्ट दे हुक्म सारयां लई हन, परंतु इह कारवाई छोटे दुकानदारां खिलाफ ही कीती गई है। उत्थे ही नगर सुधार ट्रस्ट दे ईओ हरिंदर सिंह चाहल ने कहा कि एक भी नजायज कब्जा छड्डिया नहीं जाएगा। पिछले पासे जेसीबी लेके जाण विच परेशानी सी, जिस कारण रस्ता क्लियर करवाया जा रहा है। जदों तक सारे कब्जे नहीं हटाए जांदे उदों तक इह कारवाई जारी रहेगी। ਸਰ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕੀਤਾ ਸੀਗਾ ਕਿ ਦੁਕਾਨਦਾਰ ਭਰਾ ਸਾਡੇ ਆਪਣੇ ਆਪ ਹੀ ਹਟਾ ਰਹੇ ਸੀਗੇ, ਪਰ ਇਹ ਜ਼ਿਆਦਾ ਹੁਣ ਹਟੇ ਹੀ ਨਹੀਂ ਗਏ ਜੀ। ਅਸੀਂ ਜਿਵੇਂ ਸੀ ਮਸ਼ੀਨ ਲਿਆਏ ਸਾਰੀ ਤਹਿਸ ਨਹਿਸ ਕਰਤੀ ਮਾਰਕੀਟ, ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿ ਵਧੀਆ ਸਰਕਾਰ ਆਈ ਹੈ ਮਾੜੀ ਸਰਕਾਰ ਆਈ ਹੈ। ਸਾਡਾ ਤਾਂ ਬੇੜਾ ਗੜ ਕਰਤਾ ਇਹਨਾਂ ਨੇ, ਬੁਰਾ ਹਾਲ ਕਰਤਾ, ਸਾਰੀ ਮਾਰਕੀਟ ਤਹਿਸ ਨਹਿਸ ਕਰਕੇ ਰੱਖਤੀ। ਕਿੰਨੀ ਪੁਰਾਣੀ ਮਾਰਕੀਟ ਹੈ ਜੀ? ਇਹ ਹੋ ਗਏ ਜੀ 30 ਸਾਲ ਪੁਰਾਣੀ ਮਾਰਕੀਟ ਹੈ ਜੀ। ਕੋਈ ਪਹਿਲਾਂ ਅਲਟੀਮੇਟ ਵੀ ਦਿੱਤਾ ਗਿਆ ਸੀਗਾ ਸਰ? ਇੱਦਾਂ ਸੀਗਾ, ਹਾਈ ਕੋਰਟ ਦੇ ਰਿਊਮਰ ਸੀਗਾ, ਨਿਊਜ਼ ਆਈ ਸੀ, ਇਹਨਾਂ ਨੇ ਅਨਾਊਂਸਮੈਂਟਾਂ ਕਰਨੀਆਂ ਸੀਗੀਆਂ। ਅਸੀਂ ਰਿਕੁਐਸਟ ਵੀ ਕਰਕੇ ਆਏ ਸੀਗੇ, ਐਮ ਐਲ ਏ ਸਾਹਿਬ ਨੂੰ ਮਿਲੇ ਸੀਗੇ, ਸੌਂ ਸਾਹਿਬ ਨੂੰ, ਉਹਨਾਂ ਨੂੰ ਕਿਹਾ ਸੀਗਾ ਵੀ ਥੋੜ੍ਹਾ ਦਿਨ ਦਾ ਟਾਈਮ ਦੇ ਦਿਓ ਸਾਨੂੰ, ਪਰ ਇਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ। ਕਾਰੋਬਾਰ ਬੰਦ ਹੋ ਗਿਆ ਜੀ, ਬਰਬਾਦ ਹੋ ਗਿਆ ਜੀ, ਦੁਕਾਨਾਂ ਬੰਦ ਹੋ ਗਈਆਂ ਜੀ, ਬੁਰੇ ਹਾਲ ਕਰਤੇ ਜੀ, ਬੁਰੇ ਹਾਲ ਹੋ ਗਿਆ ਜੀ, ਸਾਰਾ ਹੀ ਬਰਬਾਦ ਹੀ ਹੋ ਗਿਆ ਜੀ। ਅੱਜ ਤਾਂ ਦੁਕਾਨਦਾਰ ਪੂਰੇ ਬਰਬਾਦ ਹੋ ਗਏ। ਅੱਜ ਅਸੀਂ ਤਾਂ ਇਹ ਦੇਖ ਰਹੇ ਵੀ ਇੱਥੇ ਇੰਨਾ ਕੁ ਮਾੜਾ ਹਾਲ ਹੋ ਰਿਹਾ, ਆਹ ਇਕੱਲਾ ਦੁਕਾਨਦਾਰ ਪਿੱਟ ਰਿਹਾ, ਰੋ ਰਿਹਾ, ਇੰਨਾ ਮਾੜਾ ਹਾਲ ਕਰਤਾ ਅੱਜ ਇਹਨਾਂ ਨੇ, ਕੋਈ ਸੁਣਵਾਈ ਨਹੀਂ ਕੋਈ। ਅਸੀਂ ਇਹਨਾਂ ਰਿਕੁਐਸਟ ਕੀਤੀ ਹੈ ਕਿ ਜਨਾਬ ਸਾਨੂੰ ਤਾਂ ਇਹ ਨਹੀਂ ਸਮਝ ਲੱਗਦੀ ਇਹ ਮਾੜੀ ਸਰਕਾਰ ਹੈ, ਬੁਰੀ ਸਰਕਾਰ ਹੈ, ਚੰਗੀ ਸਰਕਾਰ ਹੈ, ਕਿਹੜੀ ਸਰਕਾਰ ਹੈ, ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ। ਦੁਕਾਨਦਾਰ ਬਰਬਾਦ ਕਰਕੇ ਰੱਖਤੇ ਅੱਜ ਸਾਰੇ ਦੁਕਾਨਦਾਰ, ਇੱਥੇ ਬੁਰਾ ਹਾਲ ਹੋ ਗਿਆ ਸਾਰਿਆਂ ਦਾ, ਸਾਰੇ ਕੰਮ ਕਾਰ ਹੈ ਨਹੀਂ ਗੇ, ਬਰਬਾਦ ਸੜਕ 'ਤੇ ਲਿਆ ਕੇ ਰੱਖਤਾ ਜੀ, ਰੋਜ਼ੀ ਰੋਟੀ ਖੋ ਕੇ ਰੱਖਤੀ ਇਹਨਾਂ ਨੇ, ਸਾਡੀ ਵਧੀਕੀ ਹੋ ਰਹੀ ਹੈ ਜੀ। ਸਾਰੇ ਦੁਕਾਨਦਾਰ ਦੇਖੋ ਜੀ ਆ ਬੰਦ ਕਰਤੇ ਜੀ ਸਾਰੇ ਇਹਨਾਂ ਨੇ, ਅਸੀਂ ਇਹਨਾਂ ਨੂੰ ਰਿਕੁਐਸਟ ਵੀ ਕੀਤੇ ਸੀ, ਅਸੀਂ ਚੁਕਾ ਰਹੇ ਹਾਂ ਜੀ, ਚੁਕਾ ਰਹੇ ਹਾਂ, ਪਰ ਇਹਨਾਂ ਨੇ ਸੁਣਿਆ ਨਹੀਂ ਗਾ, ਸਾਰੀ ਜਗ੍ਹਾ 'ਤੇ ਆਉਂਦੇ ਜਾਇਆ ਜੀ, ਇਹ ਸਾਡੇ 'ਤੇ ਗਾਜ ਗਿਰਦੀ ਹੈ ਜਦੋਂ ਗਿਰਦੀ ਹੈ, ਬਾਕੀ ਕੋਈ ਕੁਛ ਨਹੀਂ ਕਹਿੰਦਾ ਕਿਸੇ ਨੂੰ। ਕਾਰਵਾਈ ਕਿਹਦੇ ਵੱਲੋਂ ਹੋ ਰਹੀ ਹੈ, ਸਰਕਾਰ ਵੱਲੋਂ ਹੋ ਰਹੀ ਹੈ ਜਾਂ ਹਾਈ ਕੋਰਟ ਵੱਲੋਂ ਹੋ ਰਹੀ ਹੈ? ਸਾਰੇ ਸਾਨੂੰ ਤਾਂ ਜੀ ਅਨਾਊਂਸਮੈਂਟਾਂ ਕਰੀਆਂ ਜੀ, ਹਾਈ ਕੋਰਟ ਦੇ ਆਰਡਰ ਹੈ, ਅਸੀਂ ਮੰਨਣ ਨੂੰ ਤਿਆਰ ਹੈ, ਪਰ ਸਾਨੂੰ ਥੋੜ੍ਹਾ ਜਿਹਾ ਟਾਈਮ ਤਾਂ ਦੇ ਦਿਓ, ਸਾਨੂੰ ਕੋਈ ਟਾਈਮ ਨਹੀਂ ਦਿੱਤਾ। ਕੀ ਸਟੈਪ ਚੱਕਣਾ ਜੀ? ਬਰਬਾਦ ਹੀ ਰੋਟੀ ਰੋਜ਼ੀ ਦਾ ਮਰ ਗਈ ਸਾਡੀ, ਕੀ ਸਟੈਪ ਚੱਕਾਂਗੇ? ਕਿਹਨੂੰ ਕਹਾਂਗੇ ਜਾ ਕੇ? ਕਿਹੜੀ ਮਾਂ ਨੂੰ ਰੋਵਾਂਗੇ ਜਾ ਕੇ? ਕਿਹੜੀ ਸਰਕਾਰ ਨੂੰ ਰੋਈਏ? ਕੋਈ ਸਰਕਾਰ ਨਹੀਂ ਨਜ਼ਰ ਆ ਰਹੀ। ਕਿੰਨੀਆਂ ਦੁਕਾਨਾਂ ਨੇ ਕੁੱਲ ਮਾਰਕੀਟ ਦੇ ਵਿੱਚ? ਇੱਥੇ 200 ਦੁਕਾਨਾਂ ਜੀ, ਬੁਰੇ ਹਾਲ ਹੋ ਗਏ, ਕਾਰੋਬਾਰ ਖਤਮ ਹੋ ਗਏ, ਬਰਬਾਦ ਹੋ ਗਏ, ਅਸੀਂ ਲੋਕ ਹਸਾ ਵੀ ਨਹੀਂ ਕੋਈ ਜੀ। ਕੋਈ ਨਵੀਂ ਸਰਕਾਰ ਆ, ਬਦਲਾਅ ਦੀ ਸਰਕਾਰ ਆ, ਕੀ ਮੰਗ ਕਰਦੇ ਹੋ? ਸਰਕਾਰ ਬਦਲਾਅ, ਸਾਨੂੰ ਤਾਂ ਕੋਈ ਬਦਲਾਅ ਨਜ਼ਰ ਨਹੀਂ ਆਇਆ ਜੀ, ਸਾਨੂੰ ਤਾਂ ਕੋਈ ਸਮਝ ਨਹੀਂ ਲੱਗੀ। ਜਿੱਥੇ ਦੇਖੋ ਹਾਹਾਕਾਰ ਮਚੀ ਵੀ ਹੈ, ਜਿੱਥੇ ਦੇਖੋ ਬੁਰੇ ਹਾਲ ਹੋਏ ਵੇ ਹੈ। ਤੁਸੀਂ ਕਹਿ ਰਹੇ ਹੋ ਐਮਐਲਏ ਸਾਹਿਬ ਕੋਲ ਗਏ ਹੋ, ਕੀ ਰਿਸਪੌਂਸ? ਐਮਐਲਏ ਸਾਹਿਬ ਨੂੰ ਰਿਕੁਐਸਟ ਕਰੀ ਸੀ ਵੀ ਸਾਨੂੰ ਟਾਈਮ ਦੇ ਦਿਓ, ਉਹਨਾਂ ਨੇ ਕਿਹਾ ਜੀ ਦਿੰਦੇ ਹਾਂ ਟਾਈਮ, ਪਰ ਇਹਨਾਂ ਨੇ ਐਕਸ਼ਨ ਕਰਤਾ ਜੀ ਅੱਜ। ਇਸ ਕਾਰਵਾਈ ਨੂੰ ਚਲੋ ਜੋ ਹਾਈ ਕੋਰਟ ਦੇ ਆਰਡਰ ਹੈ ਉਹ ਠੀਕ ਹੈ, ਇਹ ਸਿਰਫ ਕੀ ਹੈ, ਇਹ ਤਾਂ ਸਿਰਫ ਇਹਨਾਂ ਨੇ ਆਹ ਜਿਹੜੇ ਨਜਾਇਜ਼ ਦੁਕਾਨਦਾਰਾਂ ਦੇ ਤੋੜੇ ਨੇ ਸਿਰਫ ਟਾਰਗੇਟ ਗਰੀਬ ਬੰਦਾ ਕਰ ਰਹੇ ਨੇ। ਅੱਗੇ ਜਾ ਕੇ ਇਹਨਾਂ ਨੇ ਜੇਸੀਬੀ ਮੋੜੀ ਆ ਜਿੱਥੋਂ, ਇੱਕ ਮਿੰਟ ਸਾਂਝਾ ਚੁੱਲ੍ਹੇ ਦੀ ਸਾਰੀ ਉਹ ਪੱਟਤੀ, ਉਹਦੇ ਨਾਲ ਸੀ ਚਿਕਨ ਵਾਲਾ ਉਹ ਭੰਨਤਾ, ਉਹਦੇ ਨਾਲ ਸੀ ਸ਼ੈਫੀ ਦੀ ਦੁਕਾਨ ਉਹ ਭੰਨਤੀ, ਉਹਦੇ ਬਿਲਕੁਲ ਸਾਹਮਣੇ ਸੁਨਿਆਰਿਆਂ ਦੀਆਂ ਦੁਕਾਨਾਂ, ਦੋ ਉਹਨਾਂ ਦੇ ਪਿੱਛੇ ਬਰਾਂਡੇ ਬਣੇ ਹੋਏ ਨੇ, ਉਹ ਇਹਨਾਂ ਨੂੰ ਨਹੀਂ ਦਿਖੇ ਕਿਉਂ? ਜਦਕਿ ਉੱਥੇ ਹੀ ਜੇਸੀਬੀ ਖੜੀ ਹੈ, ਉੱਥੋਂ ਮੋੜ ਲਿਆ, ਉੱਥੋਂ ਅੱਗੇ ਕਿਉਂ ਨਹੀਂ ਗਏ ਹੈਗੇ ਜੀ? ਉਹ ਤੋਂ ਅੱਗੇ ਹੈਗਾ ਜੀ ਰਾਜਪੂਤ ਜਵੈਲਰ, ਬਾਕੀ ਹੋਰ ਦੁਕਾਨਾਂ ਨੇ, ਕਿਸੇ 'ਤੇ ਕਾਰਵਾਈ ਨਹੀਂ ਕੀਤੀ। ਕਹਿੰਦੇ ਜੀ 4 ਦਿਨ ਹੋਣਗੇ, ਸਾਰਾ ਕੁਛ ਤੋੜ ਕੇ ਫਿਰ ਕਹਿੰਦੇ ਅਸੀਂ ਸਮਾਨ ਵੀ ਨਾਲ ਲੈ ਕੇ ਜਾਵਾਂਗੇ। ਅੱਧੇ ਤੋਂ ਵੱਧ ਦੁਕਾਨਦਾਰਾਂ ਦਾ ਮੇਨ
पांच छह दुकानदारों का दो दो ढाई ढाई लाख रुपए का समान जीपां च पा के लै गए। बिल्कुल भी नहीं जी, बिल्कुल भी आम आदमी की कोई सरकार नहीं। धक्का शाही है, धक्का शाही। खन्ना तो परमजीत सिंह धीमान की खास रिपोर्ट।